द वे फॉरवर्ड इज ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਅੱਜ ਅਸੀਂ ਗੱਲ ਕਰਾਂਗੇ US ਦੀ ਫੋਰਨ ਪਾਲਿਸੀ ਦੀ ਔਰ ਸਮਝਾਂਗੇ ਕੀ ਚੱਲਦਾ ਪਿਆ ਇੰਟਰਨੈਸ਼ਨਲ ਜੀਓਪੋਲਿਟਿਕਸ ਵਿੱਚ ਦ ਵਰਲਡ ਓਵਰ ਅੱਜ ਸਾਡੇ ਵਿੱਚ ਸ਼ਾਮਿਲ ਹਨ ਇੱਕ ਇੰਟਰਨੈਸ਼ਨਲ ਬਿਜ਼ਨਸ ਐਕਸਪਰਟ ਗੁਰਸ਼ੇਰ ਗਿੱਲ ਜਿਨ੍ਹਾਂ ਦਾ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੈ ਵਿਦ ਵੇਰੀਅਸ ਫੋਰਚੂਨ 500 ਕੰਪਨੀਜ਼ particularly in international business. Gurshir Gill, thoda bahut bahut swagat hai. Thank you, Arjun. Gurshir, sanu sab to pehla eh dasso ki ki mahol ban reha hai isle US aur Iran de vich. Are we looking at another war? So, Harjot, I mean, tusi jivein dekho hun Middle East nu, so obviously hun sare dekh rahe hain ki Iran te US vich kafi tension ho rahi hai. Strait of Hormuz ch ਇੱਕ ਡਰੋਨ ਸ਼ਾਟ ਡਾਊਨ ਕਰ ਦਿੱਤਾ ਗਿਆ ਹੈ ਕੱਲ੍ਹ ਨੂੰ ਐਕਚੁਲੀ ਅਤੇ ਈਵਨ ਦੋ ਜਿਵੇਂ US ਕਲੇਮ ਕਰਦਾ ਇਟ ਵਾਜ਼ ਔਨ ਦੀ ਇੰਟਰਨੈਸ਼ਨਲ ਵਾਟਰਸ ਇਰਾਨੀਅਨਸ ਆਰ ਸੇਇੰਗ ਇਟ ਵਾਜ਼ ਇਨ ਦੇਅਰ ਇੰਟਰਨੈਸ਼ਨਲ ਏਅਰ ਸਪੇਸ ਬਟ ਇਹ ਸਾਰੀ ਚੀਜ਼ਾਂ ਅਮੈਰੀਕਾ ਲਈ ਠੀਕ ਨਹੀਂ ਹੈ ਹੁਣ ਇਸ ਟਾਈਮ 'ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਮੈਰੀਕਨ ਇਕੋਨਮੀ ਇਜ਼ ਕਾਫੀ ਚੰਗੀ ਸੀ ਪਿਛਲੇ 7-8 ਸਾਲ ਤੋਂ ਹਜੇ ਵੀ ਕਾਫੀ ਮੋਮੈਂਟਮ ਹੈਗਾ ਇੰਟਰਸਟ ਰੇਟਸ ਲੋਅਰ ਹੈਗੇ ਹੈ ਇਕੋਨਮੀ ਇਜ਼ ਡੂਇੰਗ ਵੈਲ ਜੋਬਸ ਗਰੋਥ ਹੈਗੀ ਹੈ ਕੁਆਟਰ ਓਵਰ ਕੁਆਟਰ ਅਮੈਰੀਕਾ ਨੂੰ ਇੱਕ ਹੋਰ ਵਾਰ ਦੀ ਲੋੜ ਹੈ ਨਹੀਂ ਹੈ ਬਟ ਜੇ ਜੋ ਹਾਲਾਤ ਹੈ ਹੁਣੇ ਉਹ ਪਿਛਲੇ 2-3 ਸਾਲ ਤੋਂ ਕਾਫੀ ਵੱਖਰੇ ਹੋ ਚੁੱਕੇ ਨੇ ਪੋਲਿਸੀਜ਼ ਡਿਫਰੈਂਟ ਹੈਗੀਆਂ ਇਰਾਨ ਦੀ ਇੰਗੇਜਮੈਂਟ ਡਿਫਰੈਂਟ ਹੈ ਅਮੈਰੀਕਾ ਦੀ ਪ੍ਰੈਜ਼ੀਡੈਂਟ ਟਰੰਪ ਦੀ ਪੋਲਿਸੀਜ਼ ਡਿਫਰੈਂਟ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਕਾਫੀ ਬੁਲਿਸ਼ ਹੈ ਇਰਾਨ ਦੇ ਅਗੇਂਸਟ ਏਅਰਕ੍ਰਾਫਟ ਕੈਰੀਅਰ ਡਿਪਲੋਏ ਹੋ ਗਿਆ ਮੇ ਨੂੰ ਇਰਾਨ ਦੀ ਨਿਊਕਲੀਅਰ ਟ੍ਰੀਟੀ ਕੈਂਸਲ ਕਰਤੀ ਗਈ ਹੈ ਤਾਂ ਕਾਫੀ ਹੋਸਟਾਈਲ ਇਨਵਾਇਰਮੈਂਟ ਬਣ ਚੁੱਕਿਆ ਹੈ ਸਪੈਸ਼ਲੀ ਪਰਟੇਨਿੰਗ ਟੂ ਇਰਾਨ ਕੁਸ਼ਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਟ੍ਰੀਟੀ ਸੀ ਉਸ ਤੋਂ ਵੀ ਅਮੈਰੀਕਾ ਨੂੰ ਬਾਹਰ ਕੱਢਿਆ ਔਰ ਹੁਣ ਜਿਹੜਾ ਇਹ ਸਟਰੋਂਗਰ ਪੋਸਚਰ ਹੈ ਇਹ ਅਮੈਰੀਕਾ ਇਰਾਨ ਦੇ ਜਿਹੜਾ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਸਦੇ ਉੱਪਰ ਠੱਲ ਪਾਉਣ ਵਾਸਤੇ ਉਸਨੂੰ ਕੰਟਰੋਲ ਕਰਨ ਵਾਸਤੇ ਹੈ ਔਰ ਇਜ਼ ਇਟ ਸਮਥਿੰਗ ਐਲਸ US ਇਜ਼ ਲੁਕਿੰਗ ਐਟ ਦੇਖੋ ਜੀ ਇਹਦੇ 'ਚ 2-3 ਫੈਕਟਰ ਆ ਜਾਂਦੇ ਜੀ ਇੱਕ ਫੈਕਟਰ ਹੈਗਾ ਹੈ ਕਿ ਦਿਸ ਪਲੇਜ਼ ਇਨ ਟੂ ਟਰੰਪ ਦੇ ਬੇਸ ਲਈ ਰਾਈਟ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਬੇਸ ਹੈਗਾ ਹੈ ਹੀ ਪਲੇਡ ਇਨ ਟੂ ਇਨ ਹਿਸ ਪੋਲੀਟਿਕਸ ਜਿਹੜੇ ਉਹ ਕਹਿ ਰਹੇ ਸੀ ਕਿ ਆਉਂਦਾ ਹੀ ਉਹ ਇਰਾਨ ਨਿਊਕਲੀਅਰ ਡੀਲ ਕੈਂਸਲ ਕਰ ਦੇਣਗੇ ਉਹਨਾਂ ਨੇ ਪਿਛਲੇ ਸਾਲ ਮੇ 'ਚ ਉਹ ਕੈਂਸਲ ਕਰ ਦਿੱਤੀ ਸੀ ਦੂਜਾ ਰਸ਼ੀਆ ਦੀ ਡਾਇਨਾਮਿਕਸ ਮਿਡਲ ਈਸਟ ਪਲੇ ਕਾਫੀ ਕਰ ਰਹੀ ਹੈ ਇਸ ਟਾਈਮ ਸਪੈਸੀਫਿਕਲੀ ਇਨ ਸੀਰੀਆ ਐਂਡ ਇਰਾਨ ਬਿਕੋਜ਼ ਉਹਨਾਂ ਦੀ ਇੱਕ ਆਲਮੋਸਟ 60-65 ਹੋ ਚੁੱਕੀ ਹੈ ਰਸ਼ੀਆ ਸੀਰੀਆ ਐਂਡ ਇਰਾਨ ਦੀ ਤੀਜਾ ਆਈ ਥਿੰਕ ਦੈਟ ਪ੍ਰੈਜ਼ੀਡੈਂਟ ਟਰੰਪ ਯੂ ਨੋ ਇਹਨਾਂ ਦੀ ਐਕਸੈਸ ਆਫ ਇੰਗੇਜਮੈਂਟ ਜਿਹੜੀ ਵਿਦਿਨ ਮਿਡਲ ਈਸਟ ਸੀਗੀ versus President Obama is very different. You know, President Obama, the engagement sigi ki we'll engage everybody and we'll find a solution. And he was not so inclined with the Saudis and he actually moved an airbase out of Saudi Arabia into Qatar. I mean, a lot of people, sade logan nu nahi pata ki jada largest military base siga, wo pehla Saudi siga, hun oh move ho ke Qatar cha gaya. And, but jadon power change hui, Trump administration aayi, ਉਹ ਆਲਮੋਸਟ ਰੀਕੈਲੀਬਰੇਟ ਹੋਣੀ ਸ਼ੁਰੂ ਹੋ ਗਈ ਹੈ ਜੀ ਯੂ ਨੋ ਟਰੰਪ ਹੈਜ਼ ਗ੍ਰੇਟ ਰਿਲੇਸ਼ਨਸ਼ਿਪ ਵਿਦ ਬੈਂਜਾਮਿਨ ਨੇਤਨਯਾਹੂ ਹੀਜ਼ ਬੀਨ ਦ ਲੋਂਗੈਸਟ ਸਰਵਿੰਗ ਔਰ ਵਨ ਆਫ ਦ ਲੋਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰਸ ਆਫ ਇਜ਼ਰਾਈਲ ਹੀ ਡਿਡਨਟ ਹੈਵ ਦ ਬੈਸਟ ਰਿਲੇਸ਼ਨਸ਼ਿਪ ਵਿਦ ਪ੍ਰੈਜ਼ੀਡੈਂਟ ਓਬਾਮਾ ਸੋ ਯੂ ਨੋ ਸੋ ਦ ਓਵਰਆਲ ਲੋਟ ਆਫ ਥਿੰਗਸ ਆਰ ਐਟ ਪਲੇ ਰਾਈਟ ਨਾਓ ਤੇ ਇਫ ਵੀ ਟਾਕ ਔਨ ਅ ਬ੍ਰੋਡਰ ਸੈਂਸ ਕੀ ਤੁਸੀਂ ਦੇਖਦੇ ਹੋ ਹਾਊ ਵੁੱਡ ਯੂ ਡਿਫਰੈਂਸ਼ੀਏਟ ਟਰੰਪਸ ਪੋਲਿਸੀ ਇਨ ਮਿਡਲ ਈਸਟ ਫਰੋਮ ਓਬਾਮਾਸ ਪੋਲਿਸੀ ਇਨ ਮਿਡਲ ਈਸਟ ਸੋ ਯੂ ਨੋ ਟੂ ਸਟਾਰਟ ਵਿਦ ਆਈ ਮੀਨ ਪ੍ਰੈਜ਼ੀਡੈਂਟ ਓਬਾਮਾ ਵਾਜ਼ ਨੋਟ ਸੋ ਇਨਕਲਾਈਨਡ ਵਿਦ ਦ ਸਾਊਦੀ ਅਰੇਬੀਆ ਆਈ ਥਿੰਕ ਦੈਟ ਹੀ ਵਾਂਟਡ ਟੂ ਇੰਗੇਜ ਪ੍ਰੀਟੀ ਮੱਚ ਯੂ ਨੋ ਕੰਟਰੀਜ਼ ਡਿਫਰੈਂਟਲੀ ਇਜ਼ਰਾਈਲ ਡਿਡਨਟ ਹੈਵ ਦ ਬੈਸਟ ਰਿਲੇਸ਼ਨਸ਼ਿਪਸ ਅੰਡਰ ਪ੍ਰੈਜ਼ੀਡੈਂਟ ਓਬਾਮਾ ਬਟ ਨਾਓ ਦੇ ਇੰਜੋਏ good engagement with America, specifically with Donald Trump and Kushner, who's supposed to be an advisor to, you know, the son-in-law of Trump and who's been a Middle East advisor to Donald Trump. And he enjoys a great relationship with MBS, Mohammed bin Salim, Salman, who's a default, you know, head of Saudi Arabia. So
MBS ਦੇ ਆਉਂਦੇ ਕਰਕੇ ਕਾਫੀ ਰੀਕੈਲਿਬਰੇਸ਼ਨ ਹੋਈ ਹੈ. President Obama was not as bullish against the Syria war. You know, we talk about the red line he spoke about, and he did not take actions jadon inane Bashar al-Assad ne, you know, chemical weapons engage kitte si. So kafi jyada different dynamics hun Middle East aa gaye hain. But us time te Russia was not actively involved or was about getting and actively involved. Right now Russia is playing into everything, whether you look at Latin America, whether you look at EU, whether you look at you know, Middle East specifically. I mean, you know, Russia has got its forces, its military in Syria, and also, you know, Turkey's Erdogan with his new term in there, even though he's a NATO member, has somewhat shifted, you know, towards, you know, partnering with either Bashar al-Assad or somewhat in line with buying the weapons from the Russians. The case in point is the S-400 defense technology, missile defense system, which they are buying from Russia. And U.S. has already given an ultimatum to Turkey about whether they can have the F-35 or they choose to go with the S-400 missile defense system. So there's a lot of moving parts, but, you know, short answer is that Obama had a very different vision about Middle East. Mm-hmm. John Kerry, the Secretary of State, had a very different vision for Middle East. Mm-hmm. They wanted to actively engage everybody, but whereas right now we are focused more about Israel's interest and Saudi's interest more so than rest of the GCC area or the Middle East or Middle East and North Africa, so to speak. If we have to define Trump's vision, is he looking for a regime change? Is that what we're looking at? So I don't think President Donald Trump is looking for a regime change, but mm-hmm. I think Michael Bolton is looking for a regime change. If you speak about Michael Bolton, who's the hawkish national security advisor right now to Donald Trump, mm-hmm. has always advocated, you know, he supports a group called MEK, mm-hmm. You know, in short, it's known as, you know, it's the extremist and an exile group of Iranians. And what they have always spoken about is that, you know, this is spoken about, you know, being a militancy group, a social activist group in Iranian. They don't have major support in Iran itself, the MEKs. Mm-hmm. However, they speak about taking control from the Ayatollahs of the world, mm-hmm. and putting their own government in place. And MEK, you know, if we do some more research and we speak about it, is not the right answer for Iran as well. But however, he says that, you know, 79, you know, you had the revolution with the Shah coming into power. He says that 2019, before the 40th anniversary, we will have a change over there. Mm-hmm. So necessarily, it's not Donald Trump who's driving it. Mm-hmm. But I think, you know, the deployment of aircraft carrier is an escalation which happened in May. And Iranians obviously responded by downing the drone. Mm-hmm. So you know, things are moving out of control. And this is necessarily not good for Middle East, not good for overall the world or the United States right now. What's going on with the GCC economies right now? So GCC, as you know, Gulf Council countries, you know, Gulf Cooperation Council. Yeah. Yes. Mm-hmm. So they were initially, you know, you had Kuwait, you had Saudi, you had UAE, you had Qatar, and you had Oman. Those were the major members. However, you know, right now, from the last 2 years, since 2017, there's an embargo on Qatar. Mm-hmm. You know, What's the reason for that embargo? So there are two reasons, ones which were published, mm-hmm. and ones I have opinion on. You know, mm-hmm. I can define those two for you. But I think the long story short is, again, jadon de MBS aaye ne Saudi, you know. He wants Saudi to be, he wants Saudi to be the kingpin in the Middle East. Unna di policies kafi aggressive hai. Unna ne bahut sare reforms launch karne shuru kitte hain Saudi Arabia ch. Assi tode naal eh gal jari rakhange ek choti ji break de baad. ਤੁਹਾਡਾ ਸਵਾਗਤ ਹੈ ਦ ਵੇ ਫਾਰਵਰਡ ਵਿੱਚ. ਅਸੀਂ ਗੱਲ ਕਰ ਰਹੇ ਹਾਂ ਯੂ ਐਸ ਦੀ ਫੋਰਨ ਪੋਲਿਸੀ ਮਿਡਲ ਈਸਟ ਵਿੱਚ ਗੁਰਸ਼ੇਰ ਗਿੱਲ ਦੇ ਨਾਲ. ਗੁਰਸ਼ੇਰ,
ਕਿਆ ਤੁਸੀਂ ਇਹ ਜਿਹੜਾ ਇਸ ਲਈ ਇਰਾਨ ਦੇ ਨਾਲ ਚੱਲਦਾ ਪਿਆ, ਡੂ ਯੂ ਸੀ ਐਨ ਐਸਕਲੇਸ਼ਨ? ਮੈਨੂੰ ਲੱਗਦਾ ਹੈ ਕਿ ਇੰਨੀ ਐਸਕਲੇਸ਼ਨ ਹੋਣੀ ਨਹੀਂ ਹੈ, ਕਿਉਂਕਿ ਆਈ ਥਿੰਕ ਦੇ ਬੋਥ ਆਰ ਰਿਸਪੋਂਸਿਬਲ ਪਾਵਰਸ ਜੀ। ਆਈ ਥਿੰਕ ਐਟ ਦੀ ਐਂਡ ਆਫ ਦ ਡੇ ਯੂ ਨੋ ਵਰਲਡ ਵਿਲ ਇੰਟਰਵੀਨ ਐਂਡ ਇਟ ਵਿਲ ਗੈਟ ਡੀ ਐਸਕਲੇਟਡ। ਨਹੀਂ, ਡੂ ਯੂ ਥਿੰਕ ਇਰਾਨ ਨੇ ਸਟੇਟ ਆਫ ਹਾਰਮੋਜ਼ ਜਿਹੜਾ ਇੱਕ ਬਲੋਕੇਜ ਲਗਾਉਣੀ ਹੈ, 30% ਆਫ ਦ ਵਰਲਡ ਆਇਲ ਫਲੋਸ ਫਰੋਮ ਦੇਅਰ, ਰਾਈਟ? ਡੂ ਯੂ ਥਿੰਕ ਦੈਟ ਸਮਥਿੰਗ ਦੇ ਗੋਇੰਗ ਟੂ ਯੂਜ਼ ਅਗੇਂਸਟ ਯੂ ਐਸ ਐਂਡ ਰੈਸਟ ਆਫ ਦ ਵਰਲਡ? ਨਹੀਂ ਨਹੀਂ ਜੀ, ਦੇਖਿਓ, ਆਈ ਡੋਂਟ ਥਿੰਕ ਇਰਾਨ ਵਿਲ ਡੂ ਐਨੀਥਿੰਗ ਲਾਈਕ ਦੈਟ, ਬਿਕੋਜ਼ ਉਹਨਾਂ ਦੀ ਵੀ ਰੈਪੂਟੇਸ਼ਨ ਹੈ, ਦੇ ਸਟਿਲ ਟ੍ਰੇਡਿੰਗ ਵਿਦ ਈਯੂ, ਅਮੈਰੀਕਾਜ਼ ਦੇ ਇੰਬਾਰਗੋ ਲੱਗੇ ਹੋਏ ਨੇ, ਬਟ ਯੂਰਪ ਇਜ਼ ਮੋਰ ਐਂਡ ਲੈਸ ਯੂ ਨੋ ਔਨ ਬੋਰਡ ਆਫਟਰ ਦ ਟ੍ਰੀਟੀ, ਆਫਟਰ ਦ ਨਿਊਕਲੀਅਰ ਡੀਲ, ਅਤੇ ਮੈਨੂੰ ਨਹੀਂ ਲੱਗਦਾ ਕਿ ਇਰਾਨ ਵਿਲ ਐਕਟ। ਜਿਹੜਾ ਇਰਾਨ ਇਰਾਨ ਇਹ ਕਹਿ ਰਿਹਾ ਕਿ ਮੈਂ ਇਨ ਇਹਨਾਂ ਦਾ 10 ਡੇਜ਼ ਔਰ ਸੋ ਆਮ ਗੋਇੰ ਟੂ ਵਾਇਲੇਟ ਐਂਡ ਆਮ ਗੋਇੰ ਟੂ ਡਿਵੈਲਪ ਵੈਪਨ ਗ੍ਰੇਡ ਯੂਰੇਨੀਅਮ, ਅਤੇ ਡੂ ਯੂ ਥਿੰਕ ਹਾਊ ਫਾਰ ਡੂ ਯੂ ਥਿੰਕ ਦਿਸ ਇਜ਼ ਗੋਇੰ ਟੂ ਗੋ? ਇਨ ਅ ਵੇ ਜਿਹੜੀ ਇਕਨੋਮਿਕ ਸੈਂਕਸ਼ਨਸ ਹਨ, ਡੂ ਯੂ ਥਿੰਕ ਯੂ ਐਸ ਇਜ਼ ਗੋਇੰ ਟੂ ਗੋ ਫਰਦਰ ਵਿਦ ਦੈਟ? ਦੇਖੋ ਜੀ, ਯੂ ਐਸ ਇਜ਼ ਆਲਰੇਡੀ ਬੈਕਡ ਆਊਟ out of the agreement, and jo agreement je tusi follow karo to it was P5+1+EU, so 5 countries plus US and EU siga. Only US has backed out, none of the other countries have backed out. So I think that ta galla ne agar Iran violate karda hai us agreement nu, then do you think? I don't think Iran can afford messing around with in the sense that economically they still have, you know, there's a lot of economic weakness in Iran right now. Unanu obviously growth chahiye hai, unanu products chahiye ne, unanu they have to trade with other countries. Ji 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 ji. So America naal ta unana hega nahi hai, but Europe naal haje bhi hega hai. I don't think they can do ek, that. Ek dar av log feel karde hain jive 1941 vich US ne Japan nu inna zyada economically bind karta siga ki they had no option other than attacking the US in Pearl Harbor. Do you see something like that happening? I don't think so. Aaj di date che, you know, those were different times, those were different eras, there were different circumstances. Mainu nahi lagda ki aaj di date che Iran, mainu eh vi nahi lagda ki unna kol capability vi hegi hai. Theek hai, oh Strait of Hormuz che American Defense Forces che nu attack kar sakde hain, but beyond that unna di capability nahi hai. Mainland US is too far for them. Sir, dasso ki oil industry vich generally ki chalda paya hai isle? Oil industry is as you see that oil industry is majorly focused in Middle East. Obviously Latin America, US has come a long way, and US has you know, it's become the number second producer of oil and gas after Saudi Arabia. But jo OPEC countries and specifically in Middle East, they are trying to diversify from oil itself, because if you look at MBS, jede crown prince hege utthon de Saudi Arabia de, one of the vision 2030 hega, and the sole goal of that is ki oil te dependency Saudi Arabia di cut ho jaye. If you look at UAE, they are also focused on, I think the whole GCC has produced this vision, yes, that we have to get out of oil absolutely dependency. Absolutely, yeah. And that is the reason you see places like Dubai and Qatar have outshone and shown that other than oil, things can be done in Middle East. I think assi Middle East de bare tode to kafi jane hai. Sanu tusi ek hor jehda hot point hai duniya, that is China. Sanu dassoge what's going on between US and China right now? So the China, the economically there's different things happening with China, politically and defense wise there's different thing happening with China. Je tusi economically gal karo mere naal, te jehda trade war log kafi ajkal gallan kar rahe ne, oh President Trump da kafi bada point siga election layi. I think Americans feel karde si ki we don't actually produce enough revenue from China versus China is gaining a lot more from US in terms of trade. Hun tusi je trade deficit di gal karde ho between China and US, that is huge. Okay. You know, so if in China's favor. It is in China's favor, because China exports a lot more in terms of dollar amount
And to be specific, China, has, does about $530 odd billion in trade mm-hmm. with U.S. Mm-hmm. That is just pure exports. Mm-hmm. And U.S. in 2017 did $130 billion, and 2018 dropped down to $120 billion. Mm-hmm. So the gap is huge. Mm-hmm. So I think where President Trump has done well mm-hmm. Is that he's been focusing to increase revenue for. In terms of tariffs and on trade and stuff like that, and getting U.S. what it's due. I think there's some clarity we would like on that. What does tariff do? Who does it hurt? If you see the larger pictures, mm-hmm. it is it hurts the producers of China. Mm-hmm. It hurts the consumers of America. Okay. And if you have to be specific in America, it is hurting right now the farmers of America. So that's what tariffs do, and it is a source of revenue for the government. It's a huge source of revenue for the government. Mm-hmm. So tariff is paid by the importer. Who pays a tariff? If a Chinese company produces something and they're exporting it to US, mm-hmm. at what stage is the tariff levied? So my experience out of is I've worked for some US companies in America is that today American companies, one example, they're producing goods in China. Once they ship it mm-hmm. to US, mm-hmm. you are subjected to tariffs and customs and duties. In form of customs and duties. Mm-hmm. And that depends upon products, industries, things like that. Mm-hmm. So for example, iPhone is manufactured in China, and once it gets here, there is an American importer. Does he pay the tariff at the customs? Yes, the importer on record mm-hmm. pays it on the tariff. So for example, if there is a wholesaler or a distributor importing it from China to sell it to different retail shops or companies, mm-hmm. and he pays it. If Apple is directly importing iPhones from China, then he would be paying it. Okay, and that cost is going to be thrown on the consumer ultimately. Obviously, so the consumers are going to suffer. So any added tariff is going to affect your personal disposable income. There's a trade war we are seeing everywhere. Mm-hmm. There's a trade war being started with Mexico, with Canada, with China. India has now started putting tariffs on at least 28 US products. Yes. So what's the reason for that? So I think lot is obviously the economics has to make sense for each country, so they are reacting. Mm-hmm. And politically as well, they have to do something as well. I mean, the parties in power have to react to it as well. But you're right, if US, so the thing is, US is the biggest market right now mm-hmm. in terms of economy size. If US is consuming most of it, and it's been manufactured in either Mexico, India, or China, mm-hmm. US does have the right to tariff it. What President Trump is advocating is that it has to be a balance. It cannot be a huge gap. Mm-hmm. So US is missing out on that. That might be the intention, but a lot of people disagree if that's the best way for the result to be achieved, for the result that they're aiming to be achieved. So there is no fancy or a polished correct way to do way. This. Okay. I think what doesn't work in President Trump's favor is that the way he does it on Twitter or just being outright brash about it. Mm-hmm. But again, he's sticking to his promise. So in the long term, it just has to be the right thing for the American consumer and American people. Asi Gurshir Gill naal is mudde te gal karde rahange. Milde haan ek choti ji break de baad. The way forward is ਤੁਹਾਡਾ ਫਿਰ ਤੋਂ ਸਵਾਗਤ ਹੈ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੁਰਸ਼ੇਰ ਗਿੱਲ ਜੀ ਨਾਲ ਗੱਲ ਕਰ ਰਹੇ ਸੀਗੇ ਜੋ ਯੂਐਸ ਔਰ ਚਾਈਨਾ ਵਿੱਚ ਇਸ ਲਈ ਟ੍ਰੇਡ ਵਾਰ ਚੱਲਦੀ ਪਈ ਹੈ ਗੁਰਸ਼ੇਰ ਜੀ ਇਹ ਜਿਹੜੀ ਯੂਐਸ ਔਰ ਚਾਈਨਾ ਵਿੱਚ ਟ੍ਰੇਡ ਵਾਰ ਚੱਲ ਰਹੀ ਹੈ ਐਂਡ ਵਿਚ ਇਜ਼ ਐਕਸਟੈਂਡਡ ਟੂ ਅਦਰ ਕੰਟਰੀਜ਼ ਐਸ ਵੈਲ ਐਂਡ ਨਾਓ ਇੰਡੀਆ ਇਜ਼ ਇਨਵੋਲਵਡ ਹੈਵਿੰਗ ਪੁੱਟ ਟੈਰਿਫਸ ਔਨ ਸਮ ਯੂਐਸ ਪ੍ਰੋਡਕਟਸ ਸਾਡੀ ਪੰਜਾਬੀ ਕਮਿਊਨਿਟੀ ਤੇ ਔਰ ਇੰਡੀਅਨ ਕਮਿਊਨਿਟੀ ਤੇ ਜਨਰਲੀ ਕੀ ਫਰਕ ਹੈਗਾ ਇਸਦਾ ਕੀ ਅਸਰ ਹੈਗਾ
ਸੋ ਇੰਡੀਅਨ ਕਮਿਊਨਿਟੀ ਜੇ ਤੁਸੀਂ ਗੱਲ ਕਰੋ ਤੇ ਯੂ ਨੋ ਟੈਕ ਇੰਡਸਟਰੀ ਵਾਲੀ ਇੰਡੀਅਨ ਕਮਿਊਨਿਟੀ ਜਿਹੜੀ ਯੂ ਐਸ 'ਚ ਹੈਗੀ ਹੈ, ਦੈਨ ਦੇਰ ਇਜ਼ ਇੰਡੀਅਨ ਕਮਿਊਨਿਟੀ ਜਿਹੜੀ ਸਰਵਿਸ ਇੰਡਸਟਰੀਜ਼ 'ਚ ਹੈਗੀ ਹੈ ਜਾਂ ਫਿਰ ਫਾਰਮਿੰਗ 'ਚ ਹੈਗੀਆਂ, ਦੀਜ਼ ਆਰ ਥਰੀ ਸੈਗਮੈਂਟਸ ਆਈ ਕੈਨ ਆਈਡੈਂਟੀਫਾਈ। ਜਿਹੜੀ ਟੈਕ ਇੰਡਸਟਰੀ 'ਚ ਹੈਗੀ ਹੈ, ਜੇ ਇਕੋਨਮੀ ਸਲੋ ਡਾਊਨ ਹੋਈ ਤਾਂ ਜੋਬਸ 'ਚ ਇਫੈਕਟ ਆਊਗਾ, ਬਿਕੋਜ਼ ਉੱਥੇ ਕਾਫੀ ਜ਼ਿਆਦਾ ਆਪਣੇ ਬੰਦੇ ਕੰਮ ਕਰਦੇ ਹੈ। ਜਿਹੜੀ ਸਰਵਿਸ ਇੰਡਸਟਰੀ 'ਚ ਹੈਗੀ ਹੈ, ਜਿਵੇਂ ਰੈਸਟੋਰੈਂਟਸ ਹੋ ਗਏ, ਟੈਕਸੀਜ਼ ਹੋ ਗਏ ਆ, ਹੋਟੇਲਸ ਹੋ ਗਏ, ਜੋ ਵੀ ਹੈ, ਉਹ ਯੂ ਨੋ ਦੈਟ ਵੈਨ ਦ ਟ੍ਰੇਡ ਸਲੋਸ ਡਾਊਨ, ਇਕੋਨਮੀ ਸਲੋਸ ਡਾਊਨ, ਇਟ ਹੈਜ਼ ਓਵਰ ਆਰਚਿੰਗ ਰਿਪਰਕਸ਼ਨਸ ਔਨ ਇਟ। ਫਾਰਮਿੰਗ ਜਿਹੜੀ ਹੈਗੀ ਆ, ਜੇ ਤੁਸੀਂ ਦੇਖੋ ਲੋਟ ਆਫ ਇੰਡੀਅਨਸ ਆਰ ਇਨ ਫਾਰਮਿੰਗ, ਵੈਦਰ ਇਟਸ ਇਨ ਕੈਲੀਫੋਰਨੀਆ ਔਰ ਯੂ ਨੋ ਇਨ ਅਦਰ ਪਾਰਟਸ ਆਫ ਅਮੈਰੀਕਾ, ਫਾਰਮਿੰਗ ਇਜ਼ ਗੋਇੰ ਟੂ ਬੀ ਵਨ ਆਫ ਦ ਬਿਗੈਸਟ ਅਫੈਕਟਡ ਰੀਜਨ, ਪਰਟੀਕੁਲਰਲੀ ਪੰਜਾਬੀ ਕਮਿਊਨਿਟੀ। ਸੋ ਓਵਰਆਲ ਆਈ ਮੀਨ ਇਟ ਵਿਲ ਹੈਵ ਟ੍ਰਿਕਲਿੰਗ ਇਫੈਕਟ ਔਨ ਦ ਕਮਿਊਨਿਟੀ ਐਜ਼ ਵੈਲ। ਆਈ ਮੀਨ ਇਫ ਯੂ ਲੁੱਕ ਐਟ ਨਿਊਯਾਰਕ, ਇਫ ਦ ਟ੍ਰੇਡ ਸਲੋਸ ਡਾਊਨ, ਦੈਨ overall spending is going to slow down, so overall spending on services and goods are going to slow down. ਜਿਹੜੇ ਅਸੀਂ ਕੁਛ ਫਲੈਸ਼ ਪੁਆਇੰਟਸ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਸਟੇਟ ਆਫ ਹਰਮੂਜ਼ ਹੈ ਇਰਾਨ ਦਾ, ਉਸ ਤਰ੍ਹਾਂ ਹੀ ਇੱਕ ਜਿਹੜੀ ਬੜੀ ਇੰਪੋਰਟੈਂਟ ਔਰ ਸਟ੍ਰੈਟੇਜਿਕ ਲੋਕੇਸ਼ਨ ਹੈ ਦੁਨੀਆ ਵਿੱਚ, ਦੈਟਸ ਸਾਊਥ ਚਾਈਨਾ ਸੀ, ਰਾਈਟ? ਸਾਨੂੰ ਸਾਊਥ ਚਾਈਨਾ ਸੀ ਦੇ ਬਾਰੇ ਦੱਸੋਗੇ ਕੁਛ? So South China Sea, it's obviously joining in the Pacific Ocean, and China has always laid claim to the South China Sea, whereas the rest of the countries, whether it's Philippines and the adjoining countries and including Japan, oh kehnde ne ki ji a international waters hai gi. If you look at the jadi mapping hui hai international organization cha, most of it jadi hai gi hai oh international waters cha. But ਚਾਈਨਾ ਨੇ ਕੀ ਕੀਤਾ, ਉੱਥੇ ਸਟ੍ਰੈਟੀਜਿਕ ਆਈਲੈਂਡਸ ਜਾਂ ਤਾਂ ਬਣਾਤੇ ਹੈ ਜਾਂ ਤਾਂ ਆਕਿਊਪਾਈ ਕਰ ਲਿਆ, ਅਤੇ ਉੱਥੇ ਡਿਫੈਂਸ ਇਸਟੈਬਲਿਸ਼ਮੈਂਟ ਸੈਟਅਪ ਕਰਤੀ ਹੈ, ਤਾਂ ਹੁਣ ਕਾਫੀ ਡਿਸਪਿਊਟਡ ਹੈ ਓਰੀਜਨ। ਜੀ। ਅਤੇ ਅਗਰ ਚਾਈਨਾ ਦੇ ਨਾਲ ਕਦੀ ਵੀ US ਰੈਸਟ ਆਫ ਦ ਵਰਲਡ ਆਰਮਡ ਕਨਫਰੰਟੇਸ਼ਨ ਹੁੰਦੀ ਹੈ, ਆਈ ਥਿੰਕ ਦੈਟ ਇਜ਼ ਦ ਫਸਟ ਸੈਕਟਰ ਦੈਟ ਦੇ ਵੁੱਡ ਲੁੱਕ ਟੂ ਡੋਮੀਨੇਟ। ਉਹ ਤਾਂ ਹੀ ਹੈ ਜੀ, ਬਿਕੋਜ਼ ਸਟ੍ਰੈਟੀਜਿਕ ਲੋਕੇਸ਼ਨ ਹੈ, ਕਾਫੀ ਇਨਫਲੂਐਂਸ ਹੁੰਦੀ ਹੈ, ਦੇ ਆਰ ਟ੍ਰਾਇੰਗ ਟੂ ਬਿਲਡ ਦੇਅਰ ਸਿਲਕ ਰੂਟ ਐਂਡ ਯੂ ਨੋ ਜਿਹੜਾ ਸਿਲਕ ਰੂਟ ਹੈ, ਇਹ ਚੀਜ਼ ਹੈ? So Silk Route is, I mean, you know, people speak about it was dated back to the 7th century, you know, jadon China was, oh sirf silk jehde kapda hunda si oh manufacture karde si, te oh jandi hundi si sare deshan ching, most likely, you know, mostly jehde Europe ya Africa tak jande hunde si, oh na odon to pya, but Silk Route ch fir baki sari cheezan jehde you know carpets ho gaye, vessels ho gayan, silver di cheezan ਹੋ ਗਈਆਂ, ਆਰਟੀਕਲਸ ਹੋ ਗਈਆਂ, ਤਾਂ ਕਾਫੀ ਟ੍ਰੇਡ ਹੁੰਦਾ ਸੀ ਸਿਲਕ ਰਾਊਟ ਤੇ। ਹੁਣ ਚਾਈਨਾ ਦਾ ਜਿਹੜਾ ਐਂਬੀਸ਼ਨ ਹੈ ਇਜ਼ ਟੂ ਰੀਐਕਟੀਵੇਟ ਐਂਡ ਰੀਸਟਾਰਟਡ ਔਨ ਅ ਬਿਗਰ ਸਕੇਲ। ਆਈ ਥਿੰਕ ਦੇ ਆਰ ਲੁਕਿੰਗ ਐਟ ਕਿ ਅਗਰ ਇਹ ਜਿਹੜਾ ਸਾਊਥ ਚਾਈਨਾ ਦਾ ਜਿਹੜਾ ਟ੍ਰੇਡਿੰਗ ਰਾਊਟਸ ਹਨ, ਅਗਰ ਉੱਥੇ ਕਦੀ ਕੋਈ ਇੱਦਾਂ ਦੀ ਡਿਸਟਰਬੈਂਸ ਔਰ ਉਹਨਾਂ ਉੱਪਰ ਐਂਬਾਰਗੋ ਜੇ ਹੁੰਦੇ ਹਨ, ਸੋ ਦੇ ਵੁੱਡ ਲਾਈਕ ਟੂ ਯੂਜ਼ ਦਿਸ ਰਾਊਟ ਫੋਰ ਆਲ ਦੇ ਟ੍ਰੇਡਿੰਗ ਪਰਪਸਿਸ। ਉਹ ਤਾਂ ਹੀ ਹੈ ਜੀ, ਦੇਖੀਏ ਜਿਹੜਾ ਚਾਈਨਾ ਅੱਜ ਦੀ ਡੇਟ 'ਚ ਜਿੰਨਾ ਬਿਜ਼ਨਸ US ਨਾਲ ਕਰਦਾ ਹੈ, ਮੈਨੂੰ ਲੱਗਦਾ ਹੈ ਕਿ ਚਾਈਨਾ ਇਜ਼ ਟਰਾਇੰਗ ਟੂ ਰੀਕੈਲੀਬਰੇਟ ਉਹਨਾਂ ਦੀ ਬਿਜ਼ਨਸ ਓਪਰਚੁਨਿਟੀਜ਼ ਵਿਦਆਊਟ US। ਆਈ ਥਿੰਕ ਦੈਟ ਇਜ਼ ਵਨ ਆਫ ਦ ਗੋਲਸ ਆਫ ਦ ਸਿਲਕ ਰਾਊਟ, ਬਿਕੋਜ਼ ਜਿੰਨੀ ਡਿਪੈਂਡੈਂਸੀ ਉਹ ਅਮੈਰੀਕਨ ਕੰਜ਼ਿਊਮਰ 'ਤੇ ਹੋਰ ਕੋਈ ਚਾਈਨਾ ਦੀ ਵੈਦਰ ਮੈਨੂਫੈਕਚਰਿੰਗ ਹੋ ਗਈ ਜਾਂ ਇੰਡਸਟਰੀ ਹੋ ਗਈ, ਉਹ ਕਿਸੇ ਹੋਰ 'ਤੇ ਡਿਪੈਂਡੈਂਟ ਨਹੀਂ ਹੈ। With the Silk Route, it gives them the opportunity to not only substitute American market, but also grow it outside. So, oh Silk Route, jada naya hega hai, whether it's the railways connected all the way to UK and Germany, or whether it's oil pipelines, or whether it's strategic interests in ports or you know power plants across the world, they want newer markets to be in play, whether it's Europe, whether it's Africa, whether it's Far East. The US, Japan and India, ਇਹਨਾਂ ਦੀ ਜਿਹੜੀ ਇੱਕ ਸਟ੍ਰੈਟੇਜਿਕ ਅਲਾਇੰਸ ਉੱਥੇ ਡਿਵਲਪ ਹੁੰਦੀ ਨਜ਼ਰ ਆ ਰਹੀ ਹੈ, ਇਜ਼ ਇਟ ਪੁਆਇੰਟਿੰਗ ਟੂਵਰਡਸ ਚਾਈਨਾ? It is, you know, US sees India as one of the most stable democracies. And strategically, you know, after everything happened in Pakistan and Afghanistan, they think that India is a much more stable ally, whether it's politically or militarily or whether it's for trade. Japan is also in the same boat. Japan thinks that
China is a threat, whether it's commercially or militarily. Mm-hmm. And Japan is also building those bridges with India and US. So it's almost become an axis. Oh, military trainings katti kar dene, naval trainings katti hondi hai, and also they are engaging each other in trade more so. Kushir ji, hun asi tode naal thodi Europe di gal kariye. What's happening with Brexit? So Brexit is a funny phenomenon. As you know, there's a lot of moving parts, but last I heard ki do candidates reh gaye hain, but mainu lagda hai ki jede Johnson hege hain, he will be elected as the next president. Prime minister's post. So okay. I think that Theresa's May tried everything. She was the advocate for Brexit. She could not follow it through by taking UK through the Brexit. But now it's an automatic choice of a conservative leader like Johnson, and he's also Trump has been supporting him as well. So, And I guess the deadline is October 31st, right? Yeah, I mean all these are moving deadlines. I mean, eta ek ded saal pehla ho jana chahida si, ho ya nahi hai, but we'll see what happens. Is there key implications honge for military alliances with the US? I think military alliances with US se to zyada koi farak nahi paoga, because if you look at UK and US relationship, they have a special relationship, and that's been going back hundreds of years. So I don't think that US will have a different relationship with UK. NATO is a different question, because President Trump has been advocating that rest of the NATO members contribute more towards NATO in terms of military spending. So that is something which we have to monitor. But within the trade aspect, within the EU, I think there's going to be a lot of moving parts, and it's going to be a lot of work for EU and UK to break up. So it's almost like a messy divorce. The jeda Russia da aggression in Europe, which annexation of Crimea, and we see their activities almost every day. Is Brexit da koi asar penda usde upar? Brexit da ta ehi asar penda hai ki Russia is the happiest ki Brexit ho raha hai, kyunki UK and EU are so consumed with Brexit that that I think it takes a lot of energy away from what else is happening in Europe with Russia. So whether you see that aggression, the Arctic base of Russia in Arctic military base, or whether Poland and Finland and all these countries where there are daily instances, whether NATO forces or US forces, I think Russia has been becoming aggressive. Everybody knows that. And things, the long term strategy within the Brexit is that it just consumes a lot of energy out of EU and UK. So I mean, that's the only thing I can speak about. US ki kar rahe hai Russia da jada growing influence in Europe hai usno counter karan layi. In Europe or in Europe. General? So, so the current policies are definitely not helping. I think that a lot of American partners, today, long time NATO partners, strategic European partners, France, Germany, and UK, they have a very transactional relationship, if I may say so, and I may be wrong on it, with President Trump. President Trump. So that puts a lot of European nations, at unease, so to speak. So that gives an opportunity for Russia to play more in that. So, for example, in Middle East, I mean, I don't want to divert you back to Middle East, but there was a vacuum with ISIS and things like that. There was not a defined policy over there, so Russia moved in, and Russia has been supporting Syria, which US opposed, and in Venezuela, which US is opposing and stuff. So long story short, I mean, this is because of lesser engagement with US. So you think there is a policy paralysis because of which our long-term interests are getting affected? Definitely so. ਅਸੀਂ ਗੁਰਸ਼ੇਰ ਗਿੱਲ ਨਾਲ ਗੱਲ ਜਾਰੀ ਰੱਖਾਂਗੇ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। The way forward is ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅਸੀਂ ਗੁਰਸ਼ੇਰ ਗਿੱਲ ਨਾਲ ਗੱਲ ਕਰ ਰਹੇ ਸੀਗੇ
ਇੱਕ ਜਨਰਲ ਰਾਊਂਡ ਅਪ ਲੈ ਰਹੇ ਸੀ ਅਸੀਂ ਵਰਲਡ ਦੀ ਜੀਓਪੋਲਿਟਿਕਸ ਦੀ। ਗੁਰਸ਼ੇਰ, ਤੁਸੀਂ ਸਾਨੂੰ ਮਿਡਲ ਈਸਟ ਬਾਰੇ ਦੱਸਿਆ, ਚਾਈਨਾ ਬਾਰੇ ਦੱਸਿਆ, ਯੂਰਪ ਬਾਰੇ ਦੱਸਿਆ, ਏਸ਼ੀਆ ਬਾਰੇ ਦੱਸਿਆ, ਹੁਣ ਤੁਸੀਂ ਦੱਸੋ ਸਾਨੂੰ ਕਿ ਸਾਊਥ ਅਮੈਰੀਕਾ ਵਿੱਚ ਕੀ ਚੱਲ ਰਿਹਾ, ਵਾਟਸ ਗੋਇੰਗ ਔਨ ਇਨ ਵੈਨੇਜ਼ੁਏਲਾ। ਸੋ ਵੈਨੇਜ਼ੁਏਲਾ ਇਜ਼, ਤੁਹਾਨੂੰ ਪਤਾ ਹੈ ਕਿ ਉੱਥੇ ਜਿਹੜੇ ਲੀਡਰ ਹੈਗੇ ਹੈ ਜੀ ਨਿਕੋਲਸ ਮਡੂਰੋ, ਉਹ ਜਿਹੜੇ ਪਿਛਲੇ ਲੀਡਰ ਸ਼ਾਵੇਸ ਦੇ ਹੈਂਡ ਪਿਕਡ ਸੀਗੇ, ਅਤੇ ਪਿਛਲੇ ਸਾਲ ਜਿਹੜੀ ਇਲੈਕਸ਼ਨ ਹੋਈ ਹੈ ਜਿਹੜੇ ਸਾਰੇ ਵਰਲਡ ਓਵਰ ਯੂਨੋ ਉਹਨਾਂ ਦੀ ਅਗੇਂਸਟ ਸੀਗੇ ਇਲੈਕਸ਼ਨ ਦੇ, ਬਿਕੋਜ਼ ਉਹਨਾਂ ਦੇ ਜਿਹੜੇ ਓਪੋਜੀਸ਼ਨ ਲੀਡਰ ਸੀ ਉਹਨਾਂ ਨੂੰ ਖੜ੍ਹੇ ਨਹੀਂ ਆਉਣ ਦਿੱਤਾ ਸੀ। ਸੋ ਉਹ ਫੈਬਰੇਰੀ 'ਚ ਜਿਹੜੀ ਇਹਨਾਂ ਦੀ ਫਸਟ ਟਰਮ ਸ਼ੁਰੂ ਹੋਈ ਸੀ, ਉਹ ਫੈਬਰੇਰੀ ਆਫ ਦਿਸ ਈਅਰ ਤੋਂ ਸੈਕਿੰਡ ਟਰਮ ਸ਼ੁਰੂ ਹੋਣ ਲੱਗੀ ਸੀ। ਸੋ ਬਿਕੋਜ਼ ਰੈਸਟ ਆਫ ਦਾ ਕੰਟਰੀਜ਼ ਇਨ ਲੈਟਿਨ ਅਮੈਰੀਕਾ ਸੈਡ ਕਿ ਇੰਕਲੂਡਿੰਗ ਅਮੈਰੀਕਾ ਐਂਡ ਯੂਰੋਪੀਅਨ ਨੇਸ਼ਨ ਸੈਡ ਕਿ ਇਹ ਜਿਹੜੀ ਇਲੈਕਸ਼ਨ ਸੀਗਾ ਦਿਸ ਇਜ਼ ਨੋਟ ਵੈਲਿਡ, ਸੋ ਦੀ ਜਿਹੜੀ ਪਾਰਲੀਮੈਂਟ ਉਹਨਾਂ ਦਾ ਹੈਡ ਹੈਗਾ ਮਿਸਟਰ ਗਾਇਡੋ ਹੈਡਸ ਦੈਟ ਬਿਕਮਸ ਅ ਡਿਫਾਲਟ ਲੀਡਰ ਆਫ ਦਾ ਕੰਟਰੀ। ਸੋ ਰਾਈਟ ਨਾਓ ਯੂ ਹੈਵ ਮਿਸਟਰ ਗਾਇਡੋ ਹੂ ਇਜ਼ ਬੀਨ ਸਪੋਰਟਡ ਬਾਈ ਅਮੈਰੀਕਾ ਐਂਡ ਐਂਡ ਦਾ ਰੈਸਟ ਆਫ ਦਾ ਕੰਟਰੀਜ਼ ਇਨ ਲੈਟਿਨ ਅਮੈਰੀਕਾ, ਸਮ ਆਫ ਦਾ ਕੰਟਰੀਜ਼ ਇਨ ਲੈਟਿਨ ਅਮੈਰੀਕਾ ਐਂਡ and Europe, he's there and Mr. Nicolas Maduro is still there in power. And the result is that economy has crashed and devaluation of the currency has happened. Trade with Venezuela has gone to all-time low. Sadi, jede regime change in our previous experiences in, ਉਹ 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 ਕਦੇ ਵੀ ਆਈ ਗੈਸ ਅੱਛੇ ਨਹੀਂ ਰਹੇ। ਜਿਵੇਂ ਤੁਸੀਂ ਦੱਸਿਆ 53 ਵਿੱਚ ਇਰਾਨ ਦਾ ਲੀਡਰ ਮੁਸੱਦਕ ਨੂੰ ਹਟਾਇਆ ਗਿਆ, ਦੈਨ ਸ਼ਾਹ ਵਾਸ ਪਲੇਸਡ, 79 ਸ਼ਾਹ ਵਾਸ ਰਿਪਲੇਸਡ, ਇਟ ਲੈਡ ਟੂ ਲੋਟ ਆਫ ਕਿਓਸ, ਲੋਟ ਆਫ ਕਿਓਸ ਵੇਰ ਐਵਰ ਡਿਕਟੇਟਰਸ ਵਰ ਯੂ ਨੋ ਸਪੋਰਟਡ ਬਾਈ ਯੂ ਐਸ, ਬਟ is that something US is continuing doing and is it something you think they are looking to do in Latin America? I think they are looking to do, if you ask my opinion. I think US doesn't want Nicolas Maduro to be in power because of what is happening in the country. But my opinion is you cannot compare Latin America because culturally, you know, and historically they're very different than Middle East. So plucking a dictator out or an autocrat out of Middle East is a very different this thing than Latin America. So my stand is that they are looking for a regime change. I think US is definitely are. And I think that it is needed for the country because of what is happening to the people of Venezuela. But I believe even experience with previous dictators in South America, whether it was in Brazil, in Chile, in DR, it has never been very pleasant. So any regime change is never pleasant. The intensity of it is different. I would disagree with you. I think that it is needed in Venezuela this time around. So. Okay, what's happening in Africa right now? Uthe kedi and hot economies. So Africa overall is I think the next biggest continent to focus on in terms of markets. You know, if you look at countries like Nigeria and if you look at Northern Africa, where I've experienced in Egypt and Morocco and stuff like that, and you know, southern countries like South Africa, they're booming. And that's one of the reasons China is heavily investing in Africa. So I think the next big chapter in world trade in this century is going to come out of Africa. Very nice. And Australia and New Zealand, are things always as rosy as they appear? Yeah, I think, you know, there's world and there's Australia and New Zealand, which is an Australian continent. So things are going well over there. I don't think there's anything specifically which stands out except for the cricket part of it, I guess. Any major shakeup you see because of the way Trump has been handling international relations and his persona as seen in the international world? So shake up, like what kind of shake up are we talking about? Like you know,
ਜਿਹੜੀ ਪੋਪੂਲਿਸਟ ਮੂਵਮੈਂਟਸ ਵਰਲਡ ਓਵਰ ਚੱਲੀ ਹਨ ਐਂਡ ਵਨ ਆਫ ਦ ਫੀਲਿੰਗਸ ਐਜ਼ ਅ ਲੋਟ ਆਫ ਪੀਪਲ ਹੈਵ ਦਿਸ ਫੀਲਿੰਗ ਦੈਟ ਕੰਟਰੀਜ਼ ਲਾਈਕ ਯੂ ਐਸ ਹੈਜ਼ ਬੀਨ ਗਿਵਿੰਗ ਮੋਰ ਵੈਨ ਇਟ ਕਮਸ ਟੂ ਇੰਟਰਨੈਸ਼ਨਲ ਟ੍ਰੇਡ ਟ੍ਰੀਟੀਜ਼ ਰਾਈਟ ਦੈਟ ਵਾਜ਼ ਵਨ ਆਫ ਦ ਰੀਜ਼ਨ ਫਾਰ ਸ਼ੇਕਿੰਗ ਅਪ ਨੈਫਟਾ ਦੈਟ ਵਾਜ਼ ਅ ਰੀਜ਼ਨ ਵਾਈ ਦੇ ਗੋਟ ਆਊਟ ਆਫ ਟੀ ਪੀ ਪੀ ਰਾਈਟ ਸੋ ਇਜ਼ ਦੇਰ ਐਨੀਥਿੰਗ ਡੂ ਯੂ ਸੀ ਦੈਟ ਹੈਪਨਿੰਗ ਫਰਦਰ Within America, I don't see it happening further. I think whatever the groundwork in the first term, and we don't know whether he's going to come to power, President Trump's going to come to power, but he pretty much stuck to what he said. Mm-hmm. So I don't think anything else is going to happen until the election next year. Mm-hmm. So we'll have to wait and watch that, what big but steps are. As you dekh rahe hain, like Europe, which we, kuch jehde right-wing partisans, Hungary vagera, which they're... So world over, right-wing is on the rise. I mean, if you look at... So if you start from Far East, I mean, Philippines is an example, you know, Turkey in Middle East, Europe is an example, UK is an example, US is an example, Mexico is an example where the right-wing president was just recently elected. What do you think is the reason for that? I think it's cyclical. I mean, you have 10, 15 years of left-wing, you know, liberal ideologies taking hold, and then you know, people do get either bored or influenced with, or they want to change, and that's what has happened world over. Does global migration play a role? It does play. Migration plays a role in every local economy and every country. So it plays a role in US. But jede pichle kuch saala mein jaise dekhe hai Europe mein jede mass migrations hoye hain from Middle East and it does. So the migrants from Syria and the war torn countries have migrated either all the way to France and Germany, UK and North, is playing heavily on the minds of the voters. Because they do feel that people are just coming over and taking either their jobs or their livelihoods or bringing in crime or poverty for that matter. So that is definitely playing in everybody's mind. Asi ek roundup leta Gusheer Gill to world politics, the world economies, the what's going on. Sade, there's a lot going on in our own backyard. Recently, Canada, jehda ek bada hi liberal or immigrant friendly mulk maniya janda hai, utthe di Quebec province vich recently ek bill 21 pass kita gaya hai, jehda prohibit karda hai bande ਕਿਸੇ ਵੀ ਅਥੋਰਿਟੀ ਵਾਲੀ ਪੋਜੀਸ਼ਨ ਵਿੱਚ ਭਾਵੇਂ ਉਹ ਜੱਜਿਸ ਹੋਣ ਟੀਚਰਸ ਹੋਣ ਔਰ ਹੋਰ ਕੁਛ ਪਬਲਿਕ ਆਫਿਸਰਸ ਇਟ ਪ੍ਰੋਹਿਬਿਟਸ ਦੈਮ ਫਰੋਮ ਵੇਅਰਿੰਗ ਦੇਅਰ ਰਿਲੀਜੀਅਸ ਸਿੰਬਲਸ ਜਿਵੇਂ ਕਿ ਟਰਬਨ ਹੈ ਜਿਵੇਂ ਹਿਜਾਬ ਹੈ ਜਾਂ ਜਿਊਜ਼ ਦਾ ਯਮੁਲਕਾ ਹੈ ਇੱਕ ਬੜੀ ਸਟਰੋਂਗ ਪ੍ਰੋਟੈਸਟ ਉਸਦੇ ਖਿਲਾਫ ਹੋ ਰਹੀ ਹੈ ਉਸਦੀ ਨਿੰਦਾ ਹੋ ਰਹੀ ਹੈ ਬਟ ਕਈ ਜਿਹੜੇ ਇਸ ਚੀਜ਼ ਦੇ ਸਪੋਰਟਰ ਹਨ ਉਹ ਕਹਿੰਦੇ ਕਿ ਜੀ ਇੱਕ ਸੈਕੂਲਰ ਜਿਹੜੀ ਗਵਰਨਮੈਂਟ ਹੈ ਉਸਦੇ ਜਿਹੜੇ ਅਥਾਰਟੀ 'ਤੇ ਬੈਠਣ ਵਾਲੇ ਬੰਦੇ ਹਨ ਉਹ ਕਿਸੇ ਪਰਟੀਕੁਲਰ ਰਿਲੀਜਨ ਨੂੰ ਰਿਪ੍ਰਜੈਂਟ ਨਾ ਕਰਨ ਉਹ ਉਸ ਚੀਜ਼ ਨੂੰ ਸਾਹਮਣੇ ਨਾ ਲਿਆਉਣ ਅਤੇ ਇਹ ਇੱਕ ਡਿਬੇਟ ਹੈ ਇਹ ਇਸਦੇ ਸਾਡੀ ਕਮਿਊਨਿਟੀ ਉੱਪਰ ਪਰਟੀਕੁਲਰਲੀ ਬੜਾ ਜ਼ਿਆਦਾ ਅਸਰ ਹੈਗਾ ਅਸੀਂ ਇਸ ਇਸ਼ੂ ਉੱਪਰ ਅੱਗੇ ਗੱਲ ਕਰਾਂਗੇ ਆਉਣ ਵਾਲੇ ਹਫ਼ਤਿਆਂ ਵਿੱਚ ਔਰ ਇਮੀਗ੍ਰੇਸ਼ਨ ਵਿੱਚ ਇੱਕ ਹੋਰ ਜਿਹੜੀ ਮੇਜਰ ਡਿਵਲਪਮੈਂਟ ਹੈ ਉਹ ਇਹ ਹੈ ਕਿ ਨਿਊਯਾਰਕ ਵਿੱਚ ਹੁਣ ਜਿਹੜੇ ਇਲੀਗਲ ਇਮੀਗ੍ਰੈਂਟਸ ਹਨ ਉਹਨਾਂ ਨੂੰ ਵੀ ਡਰਾਈਵਿੰਗ ਲਾਇਸੈਂਸ ਮਿਲ ਸਕਦਾ ਹੈ ਯੂ ਐੱਸ ਵਿੱਚ ਪਹਿਲੇ 13 ਐਸੀ ਸਟੇਟਸ ਹਨ ਜਿਨ੍ਹਾਂ ਵਿੱਚ ਇਲੀਗਲ ਏਲੀਅਨਸ ਨੂੰ ਡਰਾਈਵਿੰਗ ਲਾਇਸੈਂਸ ਮਿਲ ਸਕਦਾ ਸੀ ਰੀਸੈਂਟਲੀ ਇਹ ਗਵਰਨਰ ਕੋਮੋ ਨੇ ਇਹ ਰੂਲ ਪਾਸ ਕੀਤਾ ਹੈ 6 ਮੰਥਸ ਵਿੱਚ ਇਹ ਇੰਪਲੀਮੈਂਟ ਹੋਏਗਾ ਅਤੇ ਜਿਹੜੇ ਇਲੀਗਲ ਇਮੀਗ੍ਰੈਂਟਸ ਨਿਊਯਾਰਕ ਵਿੱਚ ਹੈਗੇ ਉਹ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਮਿਲ ਸਕੇਗਾ ਅਗੇਨ ਇਹ ਵੀ ਇੱਕ ਬੜੀ ਭਾਰੀ ਡਿਬੇਟ ਹੈ
ਕਈ ਲੋਕ ਇਹ ਫੀਲ ਕਰਦੇ ਹਨ ਕਿ ਇਹ ਅੱਛਾ ਹੈ ਕਿਉਂਕਿ ਜਿਹੜੇ ਡਰਾਈਵਰਸ ਹਨ ਉਹ ਆਪਣੀ ਨੋਰਮਲ ਲਾਈਫ ਜੀ ਸਕਦੇ ਹਨ, ਪਲੱਸ ਉਹਨਾਂ ਕੋਲ ਇੰਸ਼ੋਰੈਂਸ ਹੋਏਗੀ ਅਗਰ ਉਹ ਕਿਸੇ ਦੂਸਰੇ ਬੰਦੇ ਨਾਲ ਹਿੱਟ ਕਰ ਦੇਣ ਜਾਂ ਨੁਕਸਾਨ ਕਰ ਦੇਣ, ਦੇਰ ਇਜ਼ ਇੰਸ਼ੋਰੈਂਸ ਟੂ ਕਵਰ ਫੋਰ ਦੈਮ। ਬਟ ਇਸ ਗੱਲ ਦੇ ਕਈ ਓਪੋਨੈਂਟਸ ਹੈਗੇ ਜੋ ਫੀਲ ਕਰਦੇ ਹਨ ਕਿ ਦੇਰ ਇਜ਼ ਵੇ ਟੂ ਮੱਚ ਬੀਂਗ ਗਿਵਨ ਟੂ ਇਲੀਗਲਸ ਐਂਡ ਇਟਸ ਅ ਵੈਰੀ ਸਲਿਪਰੀ ਸਲੋਪ। ਅਸੀਂ ਇਹਨਾਂ ਮੁੱਦਿਆਂ 'ਤੇ ਗੱਲ ਕਰਦੇ ਰਹਾਂਗੇ। ਅੱਜ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਗੁਰਸ਼ੇਰ ਗਿੱਲ ਜੀ ਦੇ, ਉਹਨਾਂ ਨੇ ਟਾਈਮ ਕੱਢਿਆ ਔਰ ਸਾਨੂੰ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ। ਗੁਰਸ਼ੇਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮੱਚ। ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ।